ਮਲੇਰਕੋਟਲਾ ਸ਼ਹਿਰ ਦੇ ਪਿੰਡ ਆਹਨਖੇੜੀ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਇੱਕ ਬੋਰੀ ਵਿੱਚੋਂ ਬਰਾਮਦ ਕੀਤੀ ਗਈ ਹੈ। ਮੌਕੇ ਤੇ ਪੁੱਜੀ ਪੁਲਿਸ ਵੱਲੋਂ ਘਟਨਾ ਵਾਲੀ ਜਗ੍ਹਾ ਦਾ ਮੁਆਇਨਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰੋਡ ਬੋਰੀ ਦੇ ਵਿੱਚ ਕੋਈ ਅਨਆਇਡੈਂਟੀਫਾਈਡ ਡੈਡ ਬੋਡੀ ਹੈ, ਕੋਈ ਮਰਡਰ ਕਰਕੇ ਕੋਈ ਸੁੱਟ ਗਿਆ ਉੱਥੇ, ਮੌਕੇ ਤੇ ਪਹੁੰਚਿਆ, ਇਨਵੈਸਟੀਗੇਸ਼ਨ ਚੱਲ ਰਹੀ ਹੈ। ਮਲੇਰਕੋਟਲਾ ਤੋਂ ਸੁਖਾ ਖਾਨ ਦੀ ਰਿਪੋਰਟ।